ਅਸਲਾਮ ਅਲੈਕੁਮ। ਹਾਂਜੀ ਸਾਰੇ ਦੋਸਤਾਂ ਦਾ ਕੀ ਹਾਲ ਚਾਲ ਆ? ਅਤੇ ਅੱਜ ਸਮੋਕ ਬਹੁਤ ਜ਼ਿਆਦਾ ਵਾ, ਸਮੋਕ ਦੇ ਨਾਲ ਨਾਲ ਧੁੰਦ ਵੀ ਆ, ਕਿਉਂਕਿ ਧੁੰਦ ਚੋਕ ਜਿਹੜੀ ਨਾ ਥੱਲੇ ਆਈ ਹੋਈ, ਥੱਲੇ ਦਰੱਖਤਾਂ ਦੇ ਥੱਲੇ ਨਾ ਪਾਣੀ ਪਾਣੀ ਸਾਰਾ। ਅਤੇ ਗਾਵਾਂ ਹੁਣ ਪਾਵਾਂਗੇ ਸੈਲੇ, ਤਕਰੀਬਨ ਟਾਈਮ ਹੋ ਗਿਆ 9 ਵਜੇ ਆ, ਰਾਤ ਦਾ ਬੱਚਿਆ ਖੁੱਚਿਆ ਸੈਲੇ ਹੀ ਪਿਆ ਵਾ, ਅਤੇ ਲਿਆ ਕੇ ਹੁਣ ਪਾਉਂਦੇ ਆਪਾਂ ਇਹਨਾਂ ਨੂੰ ਫਰੈਸ਼ ਸੈਲੇਜ। ਤੋ ਇੱਧਰ ਆਪਣੀਆਂ ਬੱਚੀਆਂ ਬੈਠੀਆਂ ਨੇ, ਟਰੈਕਟਰ ਆਪਾਂ ਇੱਧਰ ਵਿੱਚ ਖੜ੍ਹਾ ਕੀਤਾ ਵਾ, ਕਿਉਂਕਿ ਲਾਈਟ ਬੰਦ ਹੋਣ ਲੱਗ ਪਈ ਸੀ ਸਮੋਕ ਦੀ ਵਜ੍ਹਾ ਨਾਲ, ਟ੍ਰਿਪ ਹੋ ਜਾਂਦੀ ਸੀ ਰੋਜ਼ਾਨਾ ਸੁਬਹ, ਤੋ ਫਿਰ ਜਨਰੇਟਰ ਚਲਾਉਣਾ ਪੈਂਦਾ ਸੀ, ਇਸ ਲਈ ਫਿਰ ਟਰੈਕਟਰ ਵਿੱਚ ਖੜ੍ਹਾ ਕਰ ਦਿੱਤਾ। ਉੱਪਰ ਤਰਪਾਲ ਲਿਆ ਕੇ ਪਾ ਦਿੱਤੀ ਆ ਤਾਂ ਕਿ ਉੱਪਰੋਂ ਖਰਾਬ ਨਾ ਹੋਵੇ ਧੁੰਦ ਦੀ ਵਜ੍ਹਾ ਨਾਲ। ਚੂਜ਼ੇ ਤਕਰੀਬਨ ਰਹਿ ਗਏ ਨੇ ਪਿੱਛੇ 7, ਟੋਟਲ ਸੀ 9, 2 ਮਤਲਬ ਕਿ ਕੋਈ ਚੀਜ਼ ਖਾ ਗਈ, ਕੋਈ ਜਾਨਵਰ ਵਗੈਰਾ ਖੁੱਲ੍ਹੇ ਛੋੜੀ ਦੇ ਸੀ, ਲੇਕਿਨ ਹੁਣ ਬੰਦ ਰੱਖੀਦੇ ਆ। ਇਹਨਾਂ ਨੂੰ ਰੱਖਦੇ ਹਾਂ ਦਾਣਾ ਪਾ ਕੇ, ਰੱਖਦੇ ਉੱਥੇ ਰੱਖਦੇ ਪਿੱਛੇ, ਵੱਡੇ ਹੋ ਗਏ ਅੱਗੇ ਨਾਲੋਂ। ਅਜੇ ਮਹੀਨੇ ਦੇ ਹੋਏ ਮਤਲਬ, ਉੱਥੇ ਰੱਖਦੇ ਅੱਗੇ। ਚਲੋ ਖਾਓ, ਸ਼ਾਬਾਸ਼, ਪਾਣੀ ਤਾਜ਼ਾ ਲਿਆਈ ਪੰਪ ਚੋਂ, ਅਲੇ ਲੱਗ ਰਿਹਾ ਪਿਆ ਸਾਰਾ। ਮੁੰਜੀ ਆਪਾਂ ਤਕਰੀਬਨ 4 ਤੋਂ 5 ਕਿੱਲਿਆਂ ਦੀ ਛਕਵਾਈ ਸੀ, ਉਹ ਆਪਣੀ ਇਨਸ਼ਾਲਾ ਜਿਹੜੀ ਐਵਰੇਜ ਮਾਸ਼ਾਲਾ 60 ਮਾਣ ਵਾਲੀ, ਉਹ ਥੋੜ੍ਹੀ ਖੇਤੀ ਲੱਗੀ ਸੀ। ਆ ਪਿੱਛੇ ਤਕਰੀਬਨ ਅਜੇ ਆਪਣੀ ਰਹਿੰਦੀ ਕੋਈ 4-5 ਏਕੜ ਜ਼ਮੀਨ, ਕਟਾਈ ਹੋ ਰਹੀ ਆ, ਤਕਰੀਬਨ ਲੱਗ ਜਾਣੇ 3-4 ਦਿਨ। ਦੇਖੋ ਇਹਦੀ ਕੀ ਐਵਰੇਜ ਆਉਂਦੀ, ਇਹ ਕਾਫੀ ਲੇਟ ਲੱਗੀ ਸੀ, ਮਤਲਬ ਕਿ ਅਗਸਤ ਦੀ 10 ਤਰੀਕ ਤੋਂ ਬਾਅਦ ਆਪਾਂ ਇਹ ਕਾਸ਼ਤ ਕੀਤੀ ਸੀ। ਅਤੇ ਪਰਾਲੀ ਜਿਹੜੀ ਆਪਾਂ ਨਾਲ ਨਾਲ ਚੁਕਾਈ ਜਾਂਦੇ ਹਾਂ, ਇੱਕ ਦੋਸਤ ਆਪਣੇ ਸ਼ਹਿਰੋਂ ਆਏ ਪਰਾਲੀ ਚੱਕਣ ਮਾਲ ਵਾਸਤੇ, ਅੱਗੇ ਵੀ ਲੈ ਕੇ ਗਏ ਨੇ ਅਤੇ ਹੁਣ ਹੋਰ ਲੈ ਕੇ ਚੱਲੇ ਨੇ, ਅਤੇ ਨਾਲ ਨਾਲ ਹੀ ਸਾਰੇ ਖੇਤ ਆਪਾਂ ਜਿਹੜੇ ਪਰਾਲੀ ਵਾਲੇ ਉਹ ਵੀ ਖਾਲੀ ਕਰਵਾ ਦਿੱਤੇ। ਰਾਣਾ ਫਿਰ ਹੱਥ 'ਚ ਰੱਖਦਾ ਜਾ ਕੇ ਉੱਥੇ, ਇਹ ਅਜੇ ਖੁੱਲ੍ਹੀ ਪਈ ਹੈ ਜੀ। ਅੱਛਾ, ਇਹਨੂੰ ਸੁਕਾ ਲਵੀਂ, ਸੁਕਾ ਕੇ ਰੱਖੂ ਨਾ ਫਿਰ ਗਲੇਗੀ ਨਹੀਂ, ਏਦਾਂ ਦੇ ਇਹਨੇ ਸੇਕ ਮਾਰਿਆ, ਗਿੱਲੀ ਆ। ਤੇ ਆਊ ਤੂੰ ਸਮੋਕ ਦੀ ਵਜ੍ਹਾ ਨਾਲ ਗਿੱਲੀ ਹੋਈ ਸਾਰੀ, ਸਮੋਕ ਤੇ ਫੋਕ ਦੋਨੇ ਮਿਕਸ ਹੋਈਆਂ ਪਈਆਂ ਅੱਜ ਕੱਲ੍ਹ, ਤੋ ਜਿਹਦੀ ਵਜ੍ਹਾ ਨਾਲ ਥੋੜ੍ਹਾ ਰੰਗ ਇਹਦਾ ਮਤਲਬ ਕਿ ਹਰਾ ਹਰਾ ਜਿਹਾ ਨਜ਼ਰ ਆ ਰਿਹਾ। ਤਕਰੀਬਨ 2-3 ਕਿੱਲਿਆਂ ਦੀਆਂ ਢੇਰੀਆਂ ਬਣਾਉਣ ਵਾਲੀਆਂ ਜੇ ਪਈਆਂ ਨੇ ਸਾਫ਼ ਕਰਨ ਵਾਲੀਆਂ, ਤੋ ਹਵਾ ਹੈ ਨਹੀਂ, ਹਵਾ ਚੱਲਦੀ ਨਹੀਂ ਅੱਜ ਕੱਲ੍ਹ, ਕਿਉਂਕਿ ਆ ਧੁੰਦ ਪਈ ਸਾਰੀ, ਤੋ ਜਿਹਦੀ ਵਜ੍ਹਾ ਨਾਲ ਉਹ ਢੇਰੀਆਂ ਵੀ ਨਹੀਂ ਬਣ ਰਹੀਆਂ ਹਵਾ ਦੀ ਵਜ੍ਹਾ ਨਾਲ, ਤੋ ਹਵਾ ਚੱਲੇਗੀ ਤਾਂ ਕੰਮ ਹੋਏਗਾ। ਆ ਜੀ ਸਾਫ਼ ਕੀਤੇ ਪਏ। ਅੱਛਾ,
ਜੇ ਹਵਾ ਚੱਲ ਜਾਵੇ ਨਾ ਜੇ ਉਹ ਵੀ ਬਣਾ ਲੈਣ, ਇੱਕ ਦੋ ਤਿੰਨ ਚਾਰ ਬਣ ਜਾਣਗੀਆਂ। ਚਲੋ ਇਹ ਤਾਂ ਚਾਰ ਚੁਕਾਈਏ। ਲੱਗਦਾ ਹਵਾ ਚੱਲੇਗੀ, ਮਹਿਸੂਸ ਨਹੀਂ ਹੋ ਰਹੀ ਹੈ। ਇੱਥੇ ਆ ਪਰਾਲੀ ਖਲਾਰੀ ਸੀ ਸਾਰੀ, ਪਰਾਲੀ ਲੋਡ ਕਰਤੀ ਟਰਾਲੀ ਦੇ, ਹੁਣ ਬਾਕੀ ਥੋੜ੍ਹਾ ਬਹੁਤਾ ਜਿਹੜਾ ਹੈ ਪਰਾਲੀ ਦਾ ਹੀ ਆ, ਬੱਚਿਆ ਖੁੱਚਿਆ ਜਿਹੜਾ ਗੰਦ ਪਿਆ ਇਹਨੂੰ ਲਾ ਦਿੱਤੀ ਅੱਗ। ਉੱਧਰ ਦੇਖੋ ਥੋੜ੍ਹਾ ਬਹੁਤਾ ਹੈ, ਸੜ ਜਾਏਗਾ। ਬਾਕੀ ਸਾਰੀ ਪਰਾਲੀ ਕੱਢਤੀ ਸੀ ਬਾਹਰ ਆਪਾਂ, ਅਤੇ ਇਨਸ਼ਾਅੱਲਾ ਇਹਦੇ 'ਚ ਹੁਣ ਸੁਬੋ ਕਣਕ ਕਰਾਂਗੇ, ਡਰਿੱਲ ਕਰਾਂਗੇ, ਉੱਥੋਂ ਡਰਿੱਲ ਕਰਕੇ ਉੱਥੋਂ ਰੂਟਰ ਮਾਰ ਦਾਂਗੇ। ਆਹ ਬੱਚੀ ਜੀ ਆਪਣੀ ਇਹ 2 ਮਹੀਨੇ ਅਤੇ 15 ਦਿਨ ਦੀ ਹੋ ਗਈ, ਅਤੇ ਅੱਜ ਆਪਾਂ ਇਹਨੂੰ ਉੱਧਰ ਛੋੜ ਦਿਆਂਗੇ ਖੁੱਲ੍ਹਾ, ਅਤੇ ਉੱਧਰ ਰਹਿ ਗਈ ਹੁਣ। ਆ ਖੋਲ ਆ ਜਾ, ਅਤੇ ਉੱਧਰ ਹੀ ਇਹਨੂੰ ਹੁਣ ਕਾਫ ਸਟਾਰਟਰ ਦੁੱਧ ਵਗੈਰਾ ਪਿਲਾਵਾਂਗੇ 15-20 ਦਿਨ ਹੋਰ, ਲੇਕਿਨ ਕਾਫ ਸਟਾਰਟਰ ਤਾਂ ਆਪਾਂ ਇਹਦਾ ਨਹੀਂ ਬੰਦ ਕਰਨਾ। ਉੱਥੇ ਤਕਰੀਬਨ ਇਹਨੂੰ 7-8 ਮਹੀਨੇ ਆਪਾਂ ਪਾਵਾਂਗੇ, ਲੇਕਿਨ ਦੁੱਧ ਇਹਨੂੰ 15-20 ਦਿਨ ਹੋਰ ਪਿਲਾਉਣਾ ਵਾ, ਉਸ ਤੋਂ ਬਾਅਦ ਦੁੱਧ ਬੰਦ ਕਰ ਦੇਣਾ। ਉੱਧਰ ਇੱਕ ਵੱਛੀ ਆ, ਛੋਟੀ ਆ ਲੇਕਿਨ ਉਹ ਕਮਜ਼ੋਰ ਆ, ਠੀਕ ਨਹੀਂ ਰਹਿੰਦੀ, ਉਹਨੂੰ ਇੱਧਰ ਬੰਦ ਕਰਾਂਗੇ 4 ਦਿਨ। ਉਹਦੀ ਮਤਲਬ ਕਿ ਥੋੜ੍ਹੀ ਕੇਅਰ ਕਰਾਂਗੇ, ਉਹਨੂੰ ਮੈਡੀਸਨ ਉਹਦੀ ਕਰਾਂਗੇ, ਠੀਕ ਹੈ, ਤਾਂ ਕਿ ਉਹ ਠੀਕ ਹੋ ਜਾਵੇ, ਅਤੇ ਉਹਨੂੰ ਬੰਦ ਰੱਖਾਂਗੇ। ਖੋਲ ਲੈਂਗਾ, ਟਾਈਟ ਹੋਣਾ ਨਾ, ਫੜ ਕੇ ਪਿੱਛੋਂ ਰੈਂਚ ਲੈ ਕੇ ਆ ਜਾ, ਉਹਨੂੰ ਬਿਸ਼ਾਰ ਤੋਂ ਖੋਲਦਾ, ਮੈਂ ਸਿਰਫ ਉਹਦੇ ਉੱਤੇ ਸੱਟ ਮਾਰੀ, ਮੈਂ ਤਾਂ ਨਹੀਂ ਮਾਰੀ, ਤੇ ਤੂੰ ਕਹਿੰਦਾ ਨਹੀਂ ਖੋਲਣਾ, ਮੈਂ ਸ਼ਾਇਦ ਚੋਰ ਪਾਨਾ ਪਾਇਆ ਖੋਲ ਦੇ। ਆ ਜਾ ਬਾਹਰ, ਆਜ਼ਾਦੀ ਆਜ਼ਾਦ ਹੋ ਜਾ, ਡਰਦਾ ਮਸਤੀਆਂ ਕਰ ਰਹੀ ਹੈ। ਆ ਦੇਖੋ ਤਕਰੀਬਨ 2.5 ਮਹੀਨੇ ਦੀ ਆ, ਅਤੇ ਮਾਸ਼ਾਅੱਲਾ ਦੀ ਗਰੋਥ ਦੇਖੋ, ਬਹੁਤ ਅੱਛੀ ਗਰੋਥ ਹੋਈ ਇੱਥੇ, ਅਤੇ ਲੇਕਿਨ ਇਹ ਹੁਣ ਪਿੰਜਰੇ 'ਚ ਤੰਗ ਵੀ ਹੋ ਗਈ ਸੀ, ਕਿਉਂਕਿ ਇਹ ਮਾਸ਼ਾਅੱਲਾ ਬੜੀ ਹੋ ਗਈ ਸੀ, ਇਹਨੂੰ ਉੱਠਣ ਬੈਠਣ ਦੇ ਵਿੱਚ ਥੋੜ੍ਹੀ ਜਿਹੀ ਦਿੱਕਤ ਹੁੰਦੀ ਸੀ, ਅਤੇ ਇਸ ਲਈ ਵੀ ਨਾਲੇ ਬਾਹਰ ਕੱਢਤੀ। ਹੁਣ ਉੱਧਰ ਦੀ ਲੈ ਕੇ ਆਇਆ ਮੈਂ, ਤਾਂ ਕਹਿੰਦਾ ਇੱਥੋਂ ਨਹੀਂ ਟੱਪਣੀ, ਇਹ ਹੁਣ ਇੱਥੇ ਰਹਿ ਗਏ ਇਸ ਜਗ੍ਹਾ 'ਤੇ। ਆ ਲੈ ਆ ਬੜਾ ਛੋਟੀ ਵੱਛੀ ਜਿਹੜੀ, ਉੱਧਰ ਬੰਦ ਕਰਾਂਗੇ, ਲਿਆ ਉੱਧਰ ਦੀ ਲਿਆ, ਇੱਦਾਂ ਹੀ ਗੋਆ ਕਰੀ ਜਾਂਦੀ ਵਿੱਚ, ਫਿਟਿੰਗ ਨਹੀਂ ਆ ਗਈ ਆਪਣੇ ਕੋਲ, ਫਿਟਿੰਗ ਲੈ ਕੇ ਆਉਣੀ ਆ। ਅੱਛਾ ਲਿਆ ਲਿਆ, ਖੋਲਾਂ ਖੋਲ ਲੈਂਗਾ, ਚੱਲ ਚੱਲ ਸ਼ਾਬਾਸ਼।
ਲੈ ਵੀ ਇਹ ਹੋ ਗਈ ਹੁਣ ਆਜ਼ਾਦ, ਉਹਨੂੰ ਫੜ ਲਿਆ, ਤੂੰ ਹੁਣ ਇੱਥੇ ਹੀ ਰਹਿਣਾ ਵਾ ਹੈਂ। ਲੱਤ ਕਾਲਾ ਗਈ ਗਈ, ਬੰਦ ਕਰੋ ਬੰਦ ਕਰੋ ਉਧਰੋਂ, ਚੱਲ ਠੀਕ ਹੈ ਬੰਦ ਕਰੋ। ਇਹਨੂੰ ਆਪਾਂ ਪਿਲਾਵਾਂ ਸਿਰਫ 5 CC। ਲੈਂਪ ਹੋ ਕੇ ਨਾ ਹੁਣ ਲਿਆ ਦੂਸਰਾ, ਉੱਥੇ ਨਾ ਇੱਕ ਇੰਜੈਕਸ਼ਨ ਪਿਆ ਵਾ, ਉਹਦੇ 'ਚ ਕਿਉਂ ਰਹੇ ਅੱਜ ਆਪਾਂ ਕਣਕ ਦੀ ਬਿਜਾਈ ਕਰਾਂਗੇ ਅਤੇ ਡਰਿੱਲ ਦੇ ਨਾਲ ਆਪਾਂ ਬਿਜਾਈ ਕਰਵਾ ਰਹੇ ਹਾਂ। ਅਤੇ ਪਿੱਛੇ ਉਹ ਪਰਾਲੀ ਲੱਗੀ ਆ, ਉਹ ਪਰਾਲੀ ਕੱਢ ਕੇ ਆਪਾਂ ਪਰਾਲੀ ਵਾਲੀ ਬਾਹਰ ਖੜੀ ਕਰਾਂਗੇ। ਉਹ ਫਸ ਗਏ ਮੋੜ ਵਿੱਚ ਓਏ ਪਰਾਲੀ। ਅੱਛਾ ਜਿੱਥੇ ਹੁਣ ਬੀਜ ਬਣਿਆ ਇੱਥੇ ਕਿੰਨਾ ਬੀਜ ਕਿਰੇਗਾ? ਸਵਾ ਮਨ ਦਿਲ ਕਸ਼ ਵਰਾਇਟੀ ਲਾ ਰਹੇ ਹਾਂ ਜੀ, ਘਰ ਦਾ ਹੀ ਬੀਜ ਆਪਣਾ। ਹਾਂਜੀ ਕੱਲ੍ਹ ਆਪਾਂ ਇੱਥੇ ਕਣਕ ਡਰਿੱਲ ਕੀਤੀ ਸੀ ਅਤੇ ਅੱਜ ਆਪਾਂ ਉੱਥੇ ਰੂਟਰ ਦੇ ਫੇਰੇ ਫੁਰੇ ਬੰਨਿਆਂ ਨਾਲ ਮਾਰ ਰਹੇ ਹਾਂ, ਜਿੱਥੇ ਕੋਈ ਬੰਨੇ ਪਾਉਣੇ ਵਿੱਚ ਉੱਥੇ ਰੂਟਰ ਦਾ ਫੇਰਾ ਮਾਰ ਕੇ ਅਤੇ ਬੰਨੇ ਜਨਰੇ ਨਾਲ ਖਿੱਚ ਦਿਆਂਗੇ। ਤੋ ਮੈਂ ਕਹਿ ਰਿਹਾ ਕਿ ਇੱਦਾਂ ਫੇਰਾ ਮਾਰ ਕੇ ਰੂਟਰ ਦਾ ਉੱਥੋਂ ਬੰਨੇ ਵਾਲਾ ਜਿਹੜਾ ਹੱਲ ਸੀ ਮਹਿਮੂਦ ਨਾਲ ਪਾ ਲਿਆਉਣਾ ਸੀ, ਬੰਨੇ ਖਿੱਚ ਲੈਣੇ ਸੀ। ਹਾਂ ਚੰਗਾ ਚੰਗਾ ਬੰਨਾ ਬਣ ਜਾਣਾ ਸੀ, ਇਹਨੂੰ ਵੀ ਇੱਕ ਪਾ ਲੈਣਾ ਸੀ ਬੰਨਾ। ਕਿੱਦਾਂ ਗਰੀਸ ਰੀਸ ਮਾਰ ਲੈਣੀ ਸੀ ਪਹਿਲੇ ਮਾੜੀ ਵਧਾਣੀ, ਠੀਕ ਸੀ ਉਹਦੀ ਵਧਾਣੀ ਠੀਕ ਆ ਵਧਾਣੀ ਠੀਕ ਹੈ ਕੱਪ ਪੈਣੇ। ਹਜੇ 4-5 ਫੇਰੇ ਮਾਰੇ ਸੀ ਅਤੇ ਜਿਹੜਾ ਆਪਣਾ ਟੂ ਕਰਾਸ ਟੁੱਟ ਗਿਆ। ਦੇਖੋ ਇਹਦੇ ਕੱਪ ਹੁੰਦੇ ਨੇ, ਕੱਪ ਟੁੱਟ ਗਏ। ਦਰਅਸਲ ਇਹਨਾਂ ਨੂੰ ਗਰੀਸ ਹੁੰਦੀ ਰਹਿ ਨਾ, ਇਹ ਫਿਰ ਸਹੀ ਚੱਲਦੇ ਨੇ। ਗਰੀਸ ਕੀਤੀ ਨਹੀਂ ਉਹ, ਅੱਗੇ ਗਰੀਸ ਕੀਤੀ ਸੀ, ਪਿਛਲੇ ਪਾਸੇ ਕੀਤੀ ਨਹੀਂ,
ਉਹ ਸੁੱਕਾ ਸੀ, ਟੁੱਟ ਗਿਆ। ਰੂਟਰ ਨਹੀਂ ਖੁੱਭਿਆ, ਜੰਦਰਾ ਖੁੱਭਦਾ।